ਹਾਂਜੀ 280 ਕਾਲ ਬਹੁਤ ਸਾਰੇ ਬੱਚਿਆਂ ਨੇ ਕਮੈਂਟ ਹੈ ਕਿ ਫਸਟ ইয়ার ਦੀ ਪੰਜਾਬੀ ਗ੍ਰਾਮਰ ਵੀ ਕਰਵਾ ਦਿਓ ਤੇ ਮੈਂ ਤੁਹਾਨੂੰ ਇੱਥੇ 100% ਲੈ ਕੇ ਦੇਦਣਾ ਜਿਹੜੀ ਵੀਡੀਓ ਆ ਹੈਗੀ ਇਸ ਤੋਂ ਵਧੀਆ ਵੀਡੀਓ ਤੁਹਾਨੂੰ YouTube ਤੇ ਕੋਈ ਵੀ ਨਹੀਂ ਮਿਲਣੀ ਪੰਜਾਬੀ ਗ੍ਰਾਮਰ ਦੀ ਜੇ ਮੈਂ ਗੱਲ ਕਰਾਂ ਤਾਂ ਪੰਜਾਬੀ ਗ੍ਰਾਮਰ ਦੇ ਵਿੱਚ ਮੈਂ ਤੁਹਾਨੂੰ ਦੋ ਤੋਂ ਤਿੰਨ ਕੁਐਸਚਨ ਕਰਾਉਂਗਾ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਵੇਂ ਚ ਅਸੀਂ ਧੁਨੀ ਵਿਗਿਆਨ ਧੁਨੀ ਤੇ ਵਿਅੰਜਨਾਂ ਦੀ ਵਰਗੀਕਰਨ ਵਿਸ਼ਣਨਾ ਬਾਰੇ ਜਾਣਨਗੀ ਜਿਹੜੇ ਦੋ ਇੰਪੋਰਟੈਂਟ ਕੁਐਸਚਨ ਤੁਹਾਨੂੰ ਮੈਂ ਮਾਡਲ ਟੈਸਟ ਪੇਪਰ ਚ ਵੀ ਦਿਖਾਏ ਸੀ ਤਾਂ ਵੀਡੀਓ ਨੂੰ ਲਾਸਟ ਤੱਕ ਦੇਖੋ ਮੇਨ ਕਾਰਨ ਕੀ ਆ ਤੁਸੀਂ ਚਾਹੇ ਪੜ੍ਹੋ ਚਾਹੇ ਨਾ ਪੜ੍ਹੋ ਪਰ ਮੇਰੀ ਪੜੇ ਹੋਏ ਨੂੰ ਜਰੂਰ ਸੁਣ ਲਿਓ ਜੇ ਤੁਸੀਂ ਸੁਣ ਵੀ ਲੈਣਾ ਤਾਂ ਵੀ ਤੁਹਾਡੇ ਯਾਦ ਰਹਿਣਾ ਤਾਂ ਵੀ ਤੁਸੀਂ ਪੇਪਰ 'ਚ ਅੱਛੇ ਨੰਬਰ ਲੈ ਸਕੋ ਇਹ ਗ੍ਰਾਮਰ ਪੋਰਸ਼ਨ ਦੇ ਵਿੱਚ ਹੋਊਗੀ 5-5 ਨੰਬਰ ਦੇ ਕੁਐਸਚਨ ਨੇ 10 ਨੰਬਰ ਸਾਡੇ ਲਈ ਬੜੇ ਇੰਪੋਰਟੈਂਟ ਨੇ ਤੇ ਇਹ ਵਾਲੀ ਪੀਡੀਐਫ ਫਾਈਲ ਜਿਹੜੀ ਆ ਤੁਹਾਨੂੰ ਮੈਂ ਦੇ ਦੂੰਗਾ ਠੀਕ ਹੈ ਉਹ ਵਾਲੀ ਵੈਬਸਾਈਟ ਤੇ ਅਪਲੋਡ ਹੋਊਗੀ ਡਿਸਕ੍ਰਿਪਸ਼ਨ 'ਚ ਲਿੰਕ ਮੈਂ ਤੁਹਾਨੂੰ ਦੇ ਦੂੰਗਾ ਬਸ ਤੁਸੀਂ ਚੈਨਲ ਤੇ ਬਣੇ ਰਹੋ ਠੀਕ ਹੈ ਅਸੀਂ ਬੀਏ ਫਰਸਟ ইয়ার ਦੀ ਗੱਲ ਕਰ ਰਹੇ ਹਾਂ ਸਾਡੇ ਕੋਲੇ ਚ ਕੁਐਸਚਨ ਜਿਹੜੇ ਹੈਗੇ ਨੇ ਧੁਨੀ ਵਿਗਿਆਨ ਧੁਨੀ ਪਰਮੰਧਨ ਤੇ ਸਵਰ ਵਿਅੰਜਨ ਠੀਕ ਹੈ ਇੰਨਾ ਚ ਕੋਈ ਵੀ ਕੁਐਸਚਨ ਆਉਂਦਾ ਤਾਂ ਤੁਸੀਂ ਜਿਹੜੀ ਚੀਜ਼ ਮੈਂ ਤੁਹਾਨੂੰ ਕਰਵਾ ਰਿਆ ਇਹੀ ਤੁਸੀਂ ਲਿਖਣੀ ਆ ਠੀਕ ਹੈ ਮੈਂ ਦੇਖੋ ਪੁਆਇੰਟ ਨੋਟ ਕੀਤੇ ਨੇ ਹੁਣ ਆਪਾਂ ਕੋਈ 10ਵੀਂ 12ਵੀਂ ਚ ਨਹੀਂ ਪੜਦੇ ਆਪਾਂ ਵੱਡੀ ਕਲਾਸ ਚ ਪੜਦੇ ਆ ਹੁਣ ਕਿੱਦਾਂ ਲਿਖਣਾ ਤੁਹਾਨੂੰ ਮੈਂ ਉਹ ਦੱਸਦਾ ਠੀਕ ਹੈ ਆਪਾਂ ਪਹਿਲਾਂ ਜਿਵੇਂ ਪਹਿਲਾਂ ਲਿਖ ਦਿੰਦੇ ਸੀ ਉਦਾਂ ਨਹੀਂ ਲਿਖਣਾ ਹੈਗਾ ਜਿਵੇਂ ਸਭ ਤੋਂ ਪਹਿਲਾਂ ਤੁਸੀਂ ਪਰਿਭਾਸ਼ਾ ਲਿਖਣੀ ਆ ਮੈਂ ਇੱਥੇ ਪੂਰਾ ਕੁਐਸਚਨ ਨਹੀਂ ਬਣਾਇਆ ਮੈਂ ਪੁਆਇੰਟ ਨੋਟ ਕੀਤੇ ਆ ਠੀਕ ਹੈ ਪਰਿਭਾਸ਼ਾ ਵਿੱਚ ਤੁਸੀਂ ਕੀ ਲਿਖਣਾ ਅਸੀਂ ਧੁਨੀ ਪ੍ਰਬੰਧਨ ਜਾਂ ਧੁਨੀ ਪ੍ਰਬੰਧਨ ਧੁਨੀ ਵਿਗਿਆਨ ਬਾਰੇ ਗੱਲ ਕਰ ਰਹੇ ਹਾਂ ਧੁਨੀ ਸੰਬੰਧ ਕੋਈ ਵੀ ਕੁਸ਼ਣ ਹੋਵੇ ਸਭ ਤੋਂ ਪਹਿਲਾਂ ਪਰਿਭਾਸ਼ਾ ਲਿਖਣੀ ਹੈ ਕੀ ਲਿਖਣਾ ਮੂੰਹ ਵਿੱਚੋਂ ਨਿਕਲਣ ਵਾਲੀਆਂ ਸਾਰਥਕ ਆਵਾਜ਼ਾਂ ਦੇਖੋ ਇੱਕ ਤਾਂ ਨਿਰਾਰਥਕ ਜੋ ਆਵਾਜ਼ਾਂ ਹੁੰਦੀਆਂ ਆਪਾਂ ਗਾਲਾਂ ਕੱਢਦੇ ਹਾਂ ਠੀਕ ਹੈ ਜਾਂ ਆਪਾਂ ਲਲਕਾਰੇ ਮਾਰਦੇ ਹਾਂ ਉਹ ਨਿਰਾਰਥਕ ਆਵਾਜ਼ਾਂ ਨੇ ਠੀਕ ਹੈ ਧੁਨੀ ਉਹਨੂੰ ਕਹਾਂਗੇ ਜਿਹੜੀ ਸਾਰਥਕ ਸ਼ਬਦ ਹੋਗੀ ਜਿਵੇਂ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਇਹ ਸਾਰਥਕ ਆਵਾਜ਼ਾਂ ਨਾ ਪੜਾ ਰਿਹਾ ਇਹ ਸਾਰਥਕ ਆਵਾਜ਼ਾਂ ਨੂੰ ਧੁਨੀ ਕਹਿੰਦੇ ਆ ਠੀਕ ਹੈ ਮੂੰਹ ਵਿੱਚੋਂ ਨਿਕਲਣ ਵਾਲੀਆਂ ਸਾਰਥਕ ਆਵਾਜ਼ਾਂ ਨੂੰ ਧੁਨੀ ਕਹਿੰਦੇ ਹਨ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ ਠੀਕ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ ਧੁਨੀ ਆਧਾਰ ਬੀਬ ਜੇਕਰ ਭਾਸ਼ਾ ਦਾ ਆਧਾਰ ਪੁੱਛਿਆ ਜਾਵੇ ਤਾਂ ਭਾਸ਼ਾ ਦਾ ਆਧਾਰ ਕੀ ਹੈ ਧੁਨੀ ਠੀਕ ਹੈ ਕਿ ਕਈ ਵਾਰ ਜਿਹੜੇ ਛੋਟੇ ਕੁਸ਼ਣ ਹੁੰਦੇ ਨੇ ਉਹਨਾਂ 'ਚ ਪੁੱਛ ਲੈਂਦੇ ਹੁੰਦੇ ਆ ਭਾਸ਼ਾ ਦਾ ਆਧਾਰ ਕੀ ਹੈ ਤਾਂ ਤੁਸੀਂ ਲਿਖਣਾ ਧੁਨੀ ਠੀਕ ਹੈ ਤੁਸੀਂ ਉਹਨਾਂ ਦਾ ਵਾਕ ਕਿਦਾਂ ਬਣਾਓਗੇ ਪਹਿਲਾਂ ਥੋੜੀ ਪਰਿਭਾਸ਼ਾ ਵਿੱਚ ਹੋ ਗਿਆ ਮੂੰਹ 'ਚੋਂ ਨਿਕਲਵਾਲੀਆਂ ਸਾਰਥਕ ਆਵਾਜ਼ਾਂ ਨੂੰ ਅਸੀਂ ਕਿਨੇ ਧੁਨੀ ਅਤੇ ਭਾਸ਼ਾ ਦੇ ਆਧਾਰ ਨੂੰ ਧੁਨੀ ਕਿਹਾ ਜਾਂਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ ਧੁਨੀ ਅਰਥਹੀਨ ਇਕਾਈ ਹੈ ਠੀਕ ਹੈ ਇਹ ਵਾਕ ਵਿੱਚ ਐਡ ਹੋ ਗਿਆ ਉੱਪਰਲਾ ਪੈਰਾਗ੍ਰਾਫ ਤੁਹਾਡਾ ਬਿਲਕੁਲ ਰੈਡੀ ਹੋ ਗਿਆ ਜਿਹੜਾ ਸਟਾਰਟਿੰਗ ਵਾਲਾ ਐਗਜ਼ਾਮੀਨਰ ਨੇ ਇਹੀ ਦੇਖਣਾ ਧੁਨੀ ਅਰਥਹੀਨ ਇਕਾਈ ਹੈ ਸ਼ਬਦ ਸਾਰਥਕ ਜਾਂ ਅਸਾਰਥਕ ਇਕਾਈ ਹੈ ਕਿਉਂਕਿ ਸ਼ਬਦ ਸਾਰਥਕ ਆ ਕਿਉਂਕਿ ਹੁਣ ਮੰਨ ਲਓ ਤੁਹਾਨੂੰ ਮੈਂ ਇੱਥੇ ਦੱਦਾ ਲਿਖਦਾ ਦੱਦਾ ਦਾ ਕੋਈ मीनिंग ਨਹੀਂ ਹੈਗਾ ਜੇ ਤੁਸੀਂ ਇੱਥੇ ਦਿਲ ਲਿਖੋਗੇ ਨਾ ਇਹ ਹੈ ਕਾਇ ਮੀਨਿੰਗ ਇਹ ਦਿਲ ਕੀ ਹੋ ਗਿਆ ਇੱਕ ਸ਼ਬਦ ਦਦਾ ਕੀ ਹੋ ਗਿਆ ਇੱਕ ਤੁਣੀ ਠੀਕ ਹੈ ਤਾਂ ਸਾਰਤ ਕੀ ਹੋਇਆ ਦਿਲ ਆ ਅਰਥੀਨ ਹੋਇਆ ਤੁਸੀਂ ਇਹ ਲਿਖਣਾ ਠੀਕ ਹੈ ਜੇ ਮੈਂ ਗੱਲ ਕਰਾਂ ਵੱਡੀ ਇਕਾਈ ਦੀ ਤੁਸੀਂ ਇਹ ਚੀਜ਼ਾਂ ਲਿਖਣੀਆਂ ਨੇ ਵਿੱਚ ਠੀਕ ਆ ਤੁਣੀ ਦਾ ਕੁਐਸਚਨ ਆ ਪਰ ਤੁਸੀਂ ਤੁਣੀ ਵਾਕ ਸ਼ਬਦ ਬਾਰੇ ਲਿਖਣਾ ਵੱਡੀ ਇਕਾਈ ਕਿਹੜੀ ਆ ਵਾਕ ਤੁਣੀ ਨੂੰ ਤਿੰਨ ਭਾਗਾਂ ਵਿੱਚ ਅਸੀਂ ਵੰਡਦੇ ਆਂ ਧਿਆਨ ਦੇਖ ਲਓ ਧਿਆਨ ਨਾਲ ਦੇਖ ਲਓ ਤਿੰਨ ਭਾਗ ਕਿਹੜੇ ਨੇ ਬੋਲਣ ਸੰਚਾਰ ਤੇ ਸੁਣਨ ਦੋ ਭਾਗ ਨੇ ਖੰਡੀ ਤੇ ਅਖੰਡੀ ਇੰਪੋਰਟੈਂਟ ਆ ਇਹਨੂੰ ਇਹਨੂੰ ਐਦਾਂ ਬਣਾਉਂਗੇ ਨਾ ਬਹੁਤ ਵਧੀਆ ਨੰਬਰ ਮਿਲਣਗੇ ਤੁਹਾਨੂੰ ਬਿਨਾ ਪੜੇ ਤੋਂ ਐਗਜ਼ਾਮੀਨਰ ਨੇ ਤੁਹਾਡੇ ਟਿਕ ਮਾਰ ਕੇ ਨੰਬਰ ਦੇ ਦੇਣਾ ਜਿਹੜਾ ਸੀ ਇਹਦੇ ਭਾਗ ਦੀ ਗੱਲ ਕਰੀ ਦੋ ਭਾਗ ਨੇ ਖੰਡੀ ਤੇ ਅਖੰਡੀ ਠੀਕ ਹੈ ਜੇ ਮੈਂ ਖੰਡੀ ਦੀ ਗੱਲ ਕਰਾਂ ਠੀਕ ਹੈ ਇੱਥੇ ਦੇਖ ਸਕਦੇ ਹੋ ਮੈਂ ਖੰਡੀ ਤੇ ਤੇ ਐਰੋ ਬਣਾਇਆ ਹੋਇਆ ਹੈ ਖੰਡੀ ਦੇ ਅੱਗੇ ਭਾਗ ਕਿੰਨੇ ਨੇ ਸਵਰ ਤੇ ਵਿਅੰਜਨ ਟੋਟਲ 41 ਨੇ ਜੇਕਰ ਅਸੀਂ ਪੰਜਾਬੀ ਜਾਂ ਗੁਰਮੁਖੀ ਦੀ ਗੱਲ ਕਰੀਏ ਟੋਟਲ 41 ਨੇ ਪਹਿਲਾ 35 ਹੁੰਦੇ ਸੀ ਠੀਕ ਹੈ ਬਾਅਦ ਵਿੱਚ 40 ਹੋ ਗਏ ਫਿਰ ਲੱਲੇ ਪਰਿੰਦੀ ਨਮਾ ਅਟੈਚ ਕਰਤਾ ਤਾਂ ਟੋਟਲ ਕਿੰਨੇ ਹੋਗੇ ਟੋਟਲ 41 ਹੋਗੇ ਠੀਕ ਹੈ ਤੇ ਹੁਣ ਅਸੀਂ ਸਵਰਾਂ ਦੀ ਗੱਲ ਕਰਦੇ ਹਾਂ ਧੁਨੀ ਵਾਸਤੇ ਜਿਹੜਾ ਕੁਝ ਮੈਂ ਉੱਪਰ ਲਿਖਿਆ ਇਹਨੂੰ ਚੰਗੀ ਤਰ੍ਹਾਂ ਯਾਦ ਕਰਕੇ ਧਿਆਨ ਨਾਲ ਲਿਖ ਲਿਓ ਠੀਕ ਹੈ ਅੱਗੇ ਆਪਾਂ ਧੁਨੀ ਤੁਹਾਨੂੰ ਉਹ ਕਰਾਉਣਾ ਪਹਿਲਾਂ ਆਪਾਂ ਧੁਨੀ ਦਾ ਕੰਪਲੀਟ ਕਰ ਲਈ ਧੁਨੀ ਦੇ ਦੋ ਪ੍ਰਕਾਰ ਨੇ ਸਵਰ ਤੇ ਵਿਅੰਜਨ ਠੀਕ ਹੈ ਹੁਣ ਸਵਰ ਕੀ ਨੇ ਧੁਨੀ ਦੇ ਦੋ ਪ੍ਰਕਾਰ ਨੇ ਸਵਾਰ ਤੇ ਵਿਅੰਜਨ ਹੁਣ ਤੁਸੀਂ ਸਵਾਰ ਬਾਰੇ ਲਿਖਣਾ ਸਵਾਰ ਕਿਹੜੇ ਹੁੰਦੇ ਨੇ ਊੜਾ ਆੜਾ ਈੜੀ ਸਵਾਰਾ ਠੀਕ ਹੈ ਸਵਾਰ ਕਿੰਨੇ ਨੇ ਤਿੰਨ ਨੇ ਊੜਾ ਆੜਾ ਤੇ ਈੜੀ ਠੀਕ ਹੈ ਜਿਨ੍ਹਾਂ ਨੂੰ ਬੋਲਣ ਵਕਤ ਮੂੰਹ ਮੂੰਹ ਜਿਹੜੀ ਜੀਭ ਆ ਉੱਪਰ ਥੱਲੇ ਭਾਗ ਦੰਦ ਨਾਲ ਲਿਪਸ ਨਾਲ ਨਹੀਂ ਟੱਚ ਹੁੰਦੀ ਇਹਦੀ ਪਰਿਭਾਸ਼ਾ ਹੈ ਆ ਉਹਨੂੰ ਸਵਾਰ ਕਹਿੰਦੇ ਆ ਵਿਅੰਜਨ ਕੀ ਹੁੰਦੇ ਨੇ ਤੁਹਾਨੂੰ ਅੱਗੇ ਮੈਂ ਦੱਸਦਾ ਵਾਂ ਦੇਖੋ ਅੱਗੇ ਤੁਸੀਂ ਇਹ ਪੈਰਾਗ੍ਰਾਫ ਲਿਖਣਾ ਅੱਖਰ ਟੋਟਲ 3 ਨੇ ਮਤਲਬ ਸਵਰ 3 ਨੇ ਵਾਹਕ ਵੀ 3 ਨੇ ਸਵਰ ਤੇ ਵਾਹਕ ਇੱਕੋ ਜਿਹੀ ਚੀਜ਼ ਹੁੰਦੇ ਊੜਾੜਾ ਆਈੜੀ ਸਵਰ ਤੇ ਵਾਹਕ ਨੇ ਠੀਕ ਹੈ ਸਵਰ ਤੁਣੀਆਂ 10 ਨੇ ਲਗਾ ਮਾਤਰਾ 10 ਨੇ ਲਗਾ ਅੱਖਰ 3 ਨੇ ਠੀਕ ਹੈ ਇਹ ਲਿਖਣਾ ਤੇ ਉਸ ਤੋਂ ਬਾਅਦ ਤੁਸੀਂ ਊੜਾੜਾ ਪੂਰਾ ਲਿਖਣਾ ਵਾ ਠੀਕ ਹੈ ਇਸ ਜੀ ਕੁਐਸਚਨ ਪੁੱਛਿਆ ਉਹ ਤੁਣੀ ਬਾਰੇ ਪੁੱਛਿਆ ਗਿਆ ਜਾਂ ਵਿੰਜਨਾਂ ਬਾਰੇ ਪੁੱਛਿਆ ਗਿਆ ਉਥੇ ਊੜਾੜਾ ਜ਼ਰੂਰ ਲਿਖਣਾ ਸਾਰਾ ਤੇ ਊੜੇ ਵਾਲੀ ਲਾਈਨ ਨੂੰ ਉੱਤਮ ਕੱਕੇ ਵਾਲੀ ਨੂੰ ਕੁ ਵਰਗ ਚੱ체 ਵਾਲੇ ਨੂੰ ਚਵਰਗ ਠੀਕ ਹੈ ਇਹ ਚੀਜ਼ਾਂ ਇਹਦੇ ਅੱਗੇ ਜ਼ਰੂਰ ਲਿਖਣੀਆਂ ਨੇ ਇਹਦੇ ਨਾਲ ਪੂਰਾ ਐਕਸਪਲੇਨ ਹੋਏਗਾ ਠੀਕ ਹੈ ਊੜਾੜਾ ਚੰਗੀ ਤਰ੍ਹਾਂ ਯਾਦ ਕਰ ਲਓ ਜ ਕੋਈ ਮਸਤੀਕ ਨਾ ਹੋਵੇ ਹੁਣ ਅਸੀਂ ਵਿਅੰਜਨਾਂ ਦੀ ਗੱਲ ਕਰਾਂਗੇ ਅਗਲੇ ਕੁਐਸਚਨ ਦੇ ਵਿੱਚ ਦੇਖੋ ਇਹਦੇ ਚ ਆਪਾਂ ਕੀ ਕੀ ਚੀਜ਼ ਕੰਪਲੀਟ ਕੀਤੀ ਦੇਖੋ ਇਹ ਚ ਮੈਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਤੁਹਾਨੂੰ ਦੱਸ ਦਿੱਤੇ ਨੇ ਤੋਂ ਇੰਪੋਰਟੈਂਟ ਜਿਹੜੇ ਇੰਪੋਰਟੈਂਟ ਕੋਈ ਹੈ ਨਹੀਂ ਜਿਹੜੀ ਜੀ ਤੁਹਾਨੂੰ ਪੁਆਇੰਟ ਲਿਖ ਕੇ ਦੱਸੇ ਨੇ ਠੀਕ ਹੈ ਤੇ ਇੱਕ ਮੈਂ ਬਸ ਇਹੀ ਗੁਜਾਰਿਸ਼ ਕਰੂੰਗਾ ਕਿ 2-3000 ਲੋਕ ਵੀਡੀਓ ਨੂੰ ਤਾਂ ਦੇਖਦੇ ਨੇ ਬੱਚੇ ਪਰ ਲਾਈਕ ਸਿਰਫ 2-25 ਹੁੰਦੇ ਨੇ ਲਾਈਕ ਜ਼ਰੂਰੀ ਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਨਾਲ ਨਾਲ ਆਪਣੇ WhatsApp ਗਰੁੱਪਾਂ 'ਚ ਆਪਣੇ ਦੋਸਤ ਮਿੱਤਰਾਂ ਨਾਲ ਸ਼ੇਅਰ ਕਰੋ ਵੀਡੀਓ ਨੂੰ ਤੇ ਦੂਸਤ ਤੀਸਰੀ ਗੱਲ ਜਿਹੜੀ ਹੈਗੀ ਆ ਸਬਸਕ੍ਰਾਈਬ ਜ਼ਰੂਰ ਕਰੋਗੇ ਤੁਸੀਂ ਇਹ ਜੋ ਫਸਟ ਇਅਰ 'ਚੋਂ ਤੁਸੀਂ ਸੈਕੰਡ ਇਅਰ 'ਚ ਹੋਣਾ ਫਾਈਨਲ 'ਚ ਹੋਣਾ ਤੁਹਾਨੂੰ ਸਾਰੀਆਂ ਤਿਆਰੀਆਂ ਸਾਰੇ ਮੌਲ ਟੈਸਟ ਪੇਪਰ ਇਗਜ਼ਾਮ ਦੀ ਤਿਆਰੀ ਇਸ ਚੈਨਲ ਤੇ ਹੀ ਕਰਨ ਨੂੰ ਮਿਲੂਗੀ ਪੰਜਾਬ ਦਾ ਇੱਕੋ ਇੱਕ ਚੈਨਲ ਆ ਜਿਹੜਾ BA ਦੀ ਤਿਆਰੀ ਕਰਵਾਉਂਦਾ ਤੇ ਪੀਡੀਐਫ ਫਾਈਲ ਤਾਂ ਤੁਹਾਨੂੰ ਮਿਲ ਲ ਗਈਆਂ ਮਿਲ ਲ ਗਈਆਂ ਹੁਣ ਜਿਹੜੀ ਇਹ ਵਾਲੀ ਕੁਐਸਚਨ ਦੀ ਪੀਡੀਐਫ ਫਾਈਲ ਆ ਹੁਣ ਦੇਖੋ ਪੀਡੀਐਫ ਫਾਈਲ ਤਾਂ ਕੋਈ ਵੀ ਜਾ ਕੇ ਡਾਊਨਲੋਡ ਕਰ ਲੂਗਾ ਠੀਕ ਆ ਪਰ ਸਮਝਾਉਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਮੇਰਾ ਸਮਝਾਇਆ ਹੋਇਆ ਸਮਝ ਗਏ ਤਾਂ ਤੁਸੀਂ ਭਾਰੋਂ ਕਿਉਂਕਿ ਤੁਸੀਂ ਮੇਰਾ ਸੁਣਿਆ ਹੋਇਆ ਵੀ ਲਿਖ ਦੋਗੇ ਠੀਕ ਆ ਇਹ ਪੁਆਇੰਟਾਂ ਨੂੰ ਮਿਲਕ ਬਲਾ ਕੇ ਵੀ ਠੀਕ ਹੈ ਸੈਕੰਡ ਗੱਲ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੋਇਆ ਹੈ ਪੀਡੀਐਫ ਫਾਈਲ ਦਾ ਜਾ ਕੇ ਡਾਊਨਲੋਡ ਕਰ ਲਓ ਠੀਕ ਹੈ ਹੁਣ ਅਸੀਂ ਗੱਲ ਕਰਨੀਆਂ ਨੈਕਸਟ ਕੁਐਸਚਨ ਦੀ ਜਿਹੜਾ ਅਗਲਾ ਸਾਡਾ ਕੁਐਸਚਨ ਸੀਗਾ ਉਹ ਇੰਪੋਰਟੈਂਟ ਸੀ ਹੈ ਜੋ ਜਿਹੜਾ ਪਿਛਲਾ ਕੁਐਸਚਨ ਉਹਦਾ ਵੀ ਅੱਧਾ ਆਨਸਰ ਇਹ ਵਾਲੇ ਵਿੱਚ ਆ ਤੇ ਇੱਕ ਨਵਾਂ ਕੁਐਸਚਨ ਵੀ ਆ ਜ ਜਨੂੰ ਅਸੀਂ ਸੈਕੰਡ ਕੁਐਸਚਨ ਕਹਾਵਾਂਗੇ ਪੰਜਾਬੀ ਵਿਅੰਜਨ ਵਰਗੀਕਰਨ ਜਾਂ ਪੰਜਾਬੀ ਵਿਅੰਜਨਾਵਾਰੇ ਦੱਸੋ ਧੁਨੀ ਪ੍ਰਬੰਧਨ ਧੁਨੀ ਪ੍ਰਬੰਧਨ ਉੱਤੋਂ ਉੱਪਰ ਕਰਵਾਤਾ ਹੈ ਸੈਕੰਡ ਇੰਪੋਰਟੈਂਟ ਕੁਐਸਚਨ ਆ ਅਗੇ ਅਗੇ ਪਹਿਲਾ ਪੁਆਇੰਟ ਸਾਡਾ ਗੁਰਮੁਖੀ ਅੱਖਰ ਜਦੋਂ ਤਰਤੀਬ ਵਿੱਚ ਰੱਖੇ ਜਾਂਦੇ ਹਨ ਉਹਨਾਂ ਨੂੰ ਵਰਣਮਾਲਾ ਕਹਿੰਦੇ ਨੇ ਦੇਖੋ ਹੁਣ ਤੁਸੀਂ ਜੇ ਇੱਥੇ ਆੜਾ ਲਿਖਤਾ ਇੱਥੇ ਊੜਾ ਲਿਖਤਾ ਸਸਾ ਲਿਖਤਾ ਇਹ ਕੋਈ ਤਰਤੀਬ ਨਹੀਂ ਹੈਗੀ ਤਾਂ ਇਹਨੂੰ ਅਸੀਂ ਗੁਰਮੁਖੀ ਵਰਣਮਾਲਾ ਨਹੀਂ ਕਹਾਵਾਂਗੇ ਹਾਂ ਜੇ ਅਸੀਂ ਊੜਾ ਆੜਾ ਏ ਡੀ ਸਸਾ ਲਲੇ ਪਰਿੰਦੀ ਲਾ ਬੋਲੇ ਤੱਕ ਲਿਖਾਂਗੇ ਤਾਂ ਉਹ ਇੱਕ ਤਰਤੀਬ ਦੇ ਵਿੱਚ ਨੇ ਤਾਂ ਉਹਨਾਂ ਨੂੰ ਅਸੀਂ ਕੀ ਕਹਾਂਗੇ ਵਰਣਮਾਲਾ ਹੁਣ ਅਸੀਂ ਪੰਜਾਬੀ ਵਿਅੰਜਨ ਵਰਗੀਕਰਨ ਕਰ ਰਹੇ ਹਾਂ ਸੈਕੰਡ ਪੁਆਇੰਟ ਸਾਡਾ ਹੈਗਾ ਪਹਿਲਾ 35 ਅੱਖਰ ਸਨ ਇਨਾਂ ਨੂੰ ਪੈਂਤੀ ਕਿਹਾ ਜਾਂਦਾ ਸੀ ਮੈਂ ਪੁਆਇੰਟਾਂ ਵਿੱਚ ਲਿਖਿਆ ਤੁਸੀਂ ਪੁਆਇੰਟਾਂ ਵਿੱਚ ਨਹੀਂ ਲਿਖਣੇ ਤੁਸੀਂ ਕੁਝ ਕੁ ਚੀਜ਼ਾਂ ਪੁਆਇੰਟਾਂ ਚ ਲਿਖਣੀ ਆ ਉਹ ਕਿਹੜੀਆਂ ਲਿਖਣੀਆਂ ਤੁਹਾਨੂੰ ਮੈਂ ਦੱਸੂਗਾ ਲੇਕਿਨ ਇਹ ਚੀਜ਼ ਤੁਸੀਂ ਪੈਰਾਗ੍ਰਾਫ 'ਚ ਲਿਖਣੀ ਆ ਮੈਥਨ ਨੂੰ ਸਮਝਾਉਣ ਵਾਸਤੇ ਲੈਕਚਰ ਬਣਾਉਣ ਵਾਸਤੇ ਇੱਥੇ ਪੁਆਇੰਟਾਂ 'ਚ ਲਿਖ ਕੇ ਲਿਆ ਹੁਣ ਜਿਹੜੀ 41 ਅੱਖਰਾਂ ਦੀ ਮੈਂ ਤੁਹਾਨੂੰ ਪਿਛਲੇ ਕੁਐਸਚਨ ਵਿੱਚ ਵੀ ਦੱਸਿਆ ਠੀਕ ਹੈ ਹੁਣ ਅਸੀਂ ਦੱਸਣਾ ਵੀ ਵਿਅੰਜਨ ਹੁੰਦੇ ਕੀ ਨੇ ਕਿਉਂਕਿ ਸਾਡਾ ਇੰਪੋਰਟੈਂਟ ਕੁਐਸਚਨ ਕੀ ਆ ਸਾਡਾ ਇੰਪੋਰਟੈਂਟ ਕੁਐਸਚਨ ਹੈ ਕਿ ਪੰਜਾਬੀ ਵਿਅੰਜਨ ਵਰਗੀਕਰਨ ਕਰਨਾ ਸੀ ਠੀਕ ਹੈ ਇੱਥੇ ਹਾਂ ਵਿਅੰਜਨ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਕਰਨ ਸਮੇਂ ਠੀਕ ਹੈ ਅੱਗੇ ਅੰਗ ਉਚਾਰਨ ਅੰਗ ਥੋੜੀ ਰੁਕਾਵਟ ਪਾਉਂਦੇ ਹਨ ਮਤਲਬ ਸਾਡੇ ਮੂੰਹ ਦੇ ਜੀਭ ਉੱਪਰ ਲੱਗਦੀ ਹੈ ਦੰਦਾਂ ਨੂੰ ਲੱਗਦੀ ਹੈ ਤਾਲੂਏ ਨੂੰ ਲੱਗਦੀ ਹੈ ਕਾਂਠੋਂ ਲੱਗਦੀ ਹੈ ਰੁਕਾਵਟ ਪੈਦਾ ਹੁੰਦੀ ਹੈ ਨਾ ਇਹੀ ਇਹਦੀ ਪਰਿਭਾਸ਼ਾ ਸਿੰਪਲ ਸ਼ਬਦਾਂ 'ਚ ਇਹ ਤੁਸੀਂ ਇਹਦੀ ਵੀ ਸਭ ਤੋਂ ਪਹਿਲਾਂ ਪਰਿਭਾਸ਼ਾ ਲਿਖਣੀ ਹੈ ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਠੀਕ ਹੈ ਇਹ ਪੰਜਾਬੀ ਵਿਅੰਜਨ ਆਉਂਦਾ ਪੰਜਾਬੀ ਦੇ ਵਿੱਚ ਸਸੇ ਤੋਂ ਲੈ ਕੇ ਲੱਲੇ ਤੱਕ 38 ਵਿਅੰਜਨ ਨੇ ਠੀਕ ਹੈ ਹੁਣ ਵਿਅੰਜਨਾਂ ਦੀ ਵੰਡ ਅਸਲੀ ਕੌਸ਼ਨ ਇੱਥੇ ਸ਼ੁਰੂ ਹੁੰਦਾ ਯਾਦ ਕਰਨਾ ਜ਼ਰੂਰੀ ਆ કંਠੀ ਤਾਲਵੀ ਉਲਟ ਜੀਬੀ ਦੰਤੀ ਦੋ ਹੋਠੀ ਨਾਸਕੀ ਅਰਧ ਵਿਅੰਜਨ ਇਹ ਜਿਹੜੀਆਂ ਇਹ ਵਿਆਂ ਸੱਤ ਜਿਹੜੀਆਂ ਨੇ ਇਹ ਦੀਆਂ ਇਹਦੇ ਭਾਗ ਨੇ ਠੀਕ ਹੈ ਸੱਤੇ ਦੇ ਭਾਗ ਨੇ ਇਹਨੂੰ ਚੰਗੀ ਤਰ੍ਹਾਂ ਯਾਦ ਕਰੋ ਠੀਕ ਹੈ ਦੁਬਾਰਾ ਰਿਪੀਟ ਕਰੋ ਕੰਠੀ ਤਾਲਵੀ ਉਲਟ ਜੀ ਵੀ ਦੋ ਹੋਟੇ ਨਾਸਕੀ ਹਰ ਦੇ ਵਿਅੰਜਨ ਹੁਣ ਤੁਸੀਂ ਇਹਨਾਂ ਦਾ ਅੱਗੇ ਦੱਸਣਾ ਵੀ ਹੈ ਕਿ ਕਿਹੜੇ ਕੰਠੀ ਆ ਕਿਹੜੇ ਤਾਲਵੀ ਆ ਤਾਂ ਉਹ ਤੁਸੀਂ ਕਿੱਦਾਂ ਦੱਸੋਗੇ ਇਦਾਂ ਦੱਸੋਗੇ ਆ ਦੇਖੋ ਕੰਠੀ ਕਿਹੜੇ ਨੇ ਉਹੀ ਮੈਂ ਤੁਹਾਨੂੰ ਉਹ ਹੀ ਕਹੈਣਾ ਜਿਹੜੇ ਤੁਸੀਂ ਓੜਿਆ ਜਿਹੜਾ ਬਣਾਉਂਗੇ ਨਾ ਪੂਰਾ ਉਹ ਚ ਹੀ ਤੁਹਾਡਾ ਸਾਰਾ ਕੁਐਸਚਨ ਪਿਆ ਵਾ ਜਿਹਨੂੰ ਉਹ ਆ ਗਿਆ ਉਹਨੂੰ ਸਾਰਾ ਕੁਐਸਚਨ ਅਟੈਂਪਟ ਕਰਕੇ ਆ ਉਹ ਕਾਂਠੀ ਦੇ ਵਿੱਚ ਕਿ ਕ ਕ ਖ ਖ ਗ ਘ ਕ ਘ ਨਹੀਂ ਇੱਕ ਕਾਂਠਨਾਵਾ ਲੱਗਦੀਆਂ ਤਾਲ ਵੀ ਚ ਚ ਛ ਛ ਉੱਪਰ ਤਾਲਵੇਂ ਨਾਲ ਆਪਣੀ ਆ ਬੋਲ ਕੇ ਦੇਖੋ ਤਾਲ ਦਾਲਵੀ ਦੇ ਨਾਲ ਆਪਣੀ ਜੀਭ ਲੱਗਦੀ ਹੈ ਨਾ ਤਾਂ ਇਹ ਤਾਲ ਵਿੱਚ ਉਲਟ ਜੀਭ ਹੋਗੀ ਇਹ ਇੱਕ ਹੀ ਹੋ ਗਿਆ ਉਲਟ ਜੀਭ ਅਸੂਆ ਰਿਹਾ ਸਾਡੇ ਦੰਤੀ ਤੱਤ ਹ ਤ ਦ ਦੰਨ ਹੋਠੀ ਦੇ ਵਿੱਚ ਆਗੇ ਅਲੱਗ-ਅਲੱਗ ਠੀਕ ਹੈ ਅਨੁਨਾਸਿਕ ਜਿਹੜਾ ਹੈਗਾ ਵਾ ਨਈਆਂ ਨਾਣਾ ਬਾਵਾ ਨੰਨਾ ਮੰਮਾ ਇਹ ਅਨੁਨਾਸਿਕ ਨੇ ਠੀਕ ਹੈ ਅੱਗੇ ਸਾਡੇ ਕੋਲ ਸਵਾਰ ਅਰਧ ਸਵਾਰ ਸੋਰੀ ਅਰਧ ਸਵਾਰ ਨਹੀਂ ਠੀਕ ਹੈ ਅਰਧ ਸਵਾਰ ਕਿਹੜੀ ਨੇ ਯਈਆ ਤੇ ਬਾਵਾ ਇਹ ਅਰਧ ਸਵਾਰ ਨੇ ਠੀਕ ਹੈ ਇਹ ਚ ਦੇਖੋ ਹੁਣ ਮੈਂ ਤੁਹਾਨੂੰ ਕੀ ਕਰਵਾਇਆ ਇਹ ਚ ਤੁਹਾਨੂੰ ਮੈਂ ਥੋੜੀਆਂ ਲਾਈਨਾਂ ਵੀ ਲਿਖ ਕੇ ਦੱਸੀਆਂ ਹੋਈਆਂ ਨੇ ਠੀਕ ਹੈ ਏ ਚੋਂ ਦੇਖੋ ਤੁਹਾਡੇ ਇੰਪੋਰਟੈਂਟ ਹੋ ਗਏ ਨੇ ਸਾਰੇ ਪੰਜਾਬੀ ਵਿਅੰਜਨਾਂ ਦਾ ਵਰਗੀਕਰਨ ਆ ਜੇ ਤਾਂ ਉਹਦੀ ਪਰਿਭਾਸ਼ਾ ਲੈ ਕੇ ਇਹ ਸਾਰੀ ਚੀਜ਼ ਤੁਸੀਂ ਉਹ ਚ ਲਿਖਣੀ ਹੈ ਠੀਕ ਹੈ ਇਹ ਦੋਨੇ ਕੁਐਸਚਨ ਮੈਚ ਕਰਦੇ ਨੇ ਜੇ ਤੁਹਾਨੂੰ ਆ ਜਾਣ ਧੁਨੀ ਵਿਗਿਆਨ ਕੀ ਹੈ ਧੁਨੀ ਬੋਧ ਕੀ ਹੈ ਧੁਨੀ ਪ੍ਰਬੰਧਨ ਜਾਂ ਸਵਰ ਵਿਅੰਜਨਾਂ ਬਾਰੇ ਦੱਸੋ ਤਾਂ ਇਹ ਚੀਜ਼ ਤੁਸੀਂ ਲਿਖਣੀ ਹੈ ਠੀਕ ਹੈ ਤੇ ਵੀਡੀਓ ਕਿਦਾਂ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਹੋਰ ਕਿਹੜੇ ਟੌਪਿਕ ਦੇ ਵੀਡੀਓ ਚਾਹੀਦੀਆਂ ਇੰਪੋਰਟੈਂਟ ਕੁਐਸਚਨ ਇਹ ਆ ਕਿ ਆ ਤੁਸੀਂ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰਨਾ ਠੀਕ ਹੈ ਟੈਲੀਗ੍ਰਾਮ ਦਾ ਮੈਂ ਇੱਥੇ ਤੁਹਾਨੂੰ ਸਕਰੀਨਸ਼ਾਟ ਲਗਾ ਦੂੰਗਾ ਜਿੰਨਾ ਤੋਂ ਲਿੰਕ ਤੇ ਜਾ ਕੇ ਜੁਆਇਨ ਨਹੀਂ ਹੋ ਰਿਹਾ ਉਹ ਤੁਸੀਂ ਖੁਦ ਜਾ ਕੇ ਟੈਲੀਗ੍ਰਾਮ ਗਰੁੱਪ ਵਿੱਚ ਜਾਂ ਟੈਲੀਗ੍ਰਾਮ 'ਚ ਜਾ ਕੇ ਸਰਚ ਕਰ ਲਓ ਜੀਐਸ ਸਟੱਡੀ ਟਿਪਸ ਮੈਂ ਤੁਹਾਨੂੰ ਉੱਥੇ ਲੋਗੋ ਤੇ ਉਹਦੀ ਕਿੱਦਾਂ ਲਿਖਿਆ ਹੋਇਆ ਦਿਖਾ ਦੇਣਾ ਵਾ ਠੀਕ ਹੈ ਤੁਸੀਂ ਖੁਦ ਜਾ ਕੇ ਜੁਆਇਨ ਕਰ ਲਓ ਕਿਉਂਕਿ ਜੇ ਲਿੰਕ ਨਹੀਂ ਚੱਲ ਰਿਹਾ ਲਿੰਕ ਇਨਵੈਲਿਡ ਹੋ ਜਾਂਦਾ ਕਈ ਵਾਰੀ ਤਾਂ ਤੁਸੀਂ ਖੁਦ ਜਾ ਕੇ ਜੁਆਇਨ ਕਰੋ ਤੇ ਇਸ ਨੂੰ ਡਾਊਨਲੋਡ ਕਰ ਲਓ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ ਹੈ ਧੰਨਵਾਦ ਅਗਲੀ ਵੀਡੀਓ ਚ ਮਿਲਦੇ ਆ ਅਗਲੇ ਪੇਪਰ ਦੀ ਤਿਆਰੀ ਕਰਾਉਣੇ ਆ ਤੁਹਾਡੀ ਨੂੰ ਠੀਕ ਹੈ ਮੈਨੂੰ ਕਮੈਂਟ ਵਿੱਚ ਸਾਰੀ ਡੇਟ ਸ਼ੀਟ ਕੋਈ ਦੇਖੋ ਕੋਈ ਡੇਟ ਸ਼ੀਟ ਅੱਧ ਪਚਾਈ ਦੱਸ ਰਿਹਾ ਮੈਨੂੰ ਕੋਈ ਇੱਕ ਸਟੂਡੈਂਟ ਠੀਕ ਹੈ ਜਿਹੜਾ ਬੈਸਟ ਸਟੂਡੈਂਟ ਆ ਉਹ ਮਤਲਬ ਕਾ ਲੂ 12 ਤੱਕ ਆ 12 ਤੋਂ ਲੈ ਕੇ 30 ਤਰੀਕ ਤੱਕ ਜਾਂ ਕਿੰਨੀ ਤਰੀਕ ਤੱਕ ਤੁਹਾਡੇ ਪੇਪਰ ਆ ਉਹ ਸਾਰੇ ਇੱਕੋ ਕਮੈਂਟ ਵਿੱਚ ਲਿਖੋ ਇਹ ਨਹੀਂ ਕੋਈ ਬੀ ਨੂੰ ਲਿਖ ਰਿਹਾ ਕੋਈ ਤੇ ਨਹੀਂ ਇਦਾਂ ਨਹੀਂ ਇੱਕੋ ਕਮੈਂਟ ਵਿੱਚ ਲਿਖੋ ਜਿੰਨਾ ਦੇ ਵੀ ਜਿਹੜੇ ਜਿਹੜੇ ਸਬਜੈਕਟ ਹੈਗੇ ਆ ਉਹ ਠੀਕ ਹੈ ਧੰਨਵਾਦ ਵੀਡੀਓ ਨੂੰ ਲਾਈਕ ਕਰ ਦਿਓ ਤੇ ਪੀਡੀਐਫ ਪੀਡੀਐਫ